ਹਾਂਜੀ ਲਓ ਵੀਰ ਜੀ, ਪਾਈਪ ਲੱਗ ਚੁੱਕਿਆ ਹੀਟ ਗਾਰਡ ਵਾਲੇ, ਆਪਾਂ ਕੱਚੇ ਤੌਰ 'ਤੇ ਲਾ ਲਏ, ਜਾਣੀ ਕਿ ਹੁਣ ਆਪਾਂ ਇਹਨਾਂ ਨੂੰ ਖੋਲ੍ਹ ਦੇਣਾ ਵਾ ਅਤੇ ਹੁਣ ਆਪਾਂ ਸ਼ੀਟਾਂ ਧਰਾਂਗੇ ਇਹਦੇ ਵਿੱਚ ਸਪਲਾਈ ਪਾ ਕੇ, ਅਤੇ ਬਾਕੀ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਦੂਸਰੀ ਸਾਈਡ ਵੀ ਲੱਗ ਚੁੱਕਿਆ ਪਾਈਪ, ਦੇਖੋ ਜੀ। ਅਤੇ ਹੁਣ ਆਪਾਂ ਗਾਹਾਂ ਵਾਲਾ ਪ੍ਰੋਸੀਜਰ ਸ਼ੁਰੂ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਜੀ ਨਾਲ ਦੀ ਨਾਲ। ਹਾਂਜੀ ਲਓ ਵੀਰ ਜੀ, ਦੇਖੋ ਪੌੜੀ ਵੀ ਆਪਣੀ ਫਿੱਟ ਹੋ ਚੁੱਕੀ ਹੈ, ਦੇਖੋ ਜੀ। ਥੱਲੇ ਆਪਾਂ ਸਪੋਰਟ ਪਾ ਤੀ ਅੰਦਰਲੀ ਸਾਈਡ ਤੋਂ, ਅਤੇ ਬਾਕੀ ਉੱਪਰਲੀ ਸ਼ੀਟ ਵੀ ਕੰਪਲੀਟ ਆ, ਇਹ ਸਾਈਡ ਪੂਰੀ ਕੰਪਲੀਟ ਹੋ ਚੁੱਕੀ ਆ। ਆਪਾਂ ਦੂਸਰੀ ਸਾਈਡ ਨੂੰ ਹੁਣ ਲੱਗਣਾ ਵਾ, ਅਤੇ ਟਾਈਮ ਹੋ ਗਿਆ ਜੀ 8:30। ਅਤੇ ਬਾਕੀ ਬਾਈ ਜੀ ਉਹਨੇ ਟਰੈਕਟਰ ਛੱਡਣ ਆ ਗਏ ਸੀ ਪਿੰਡ ਭੂੰਦੜੀ ਤੋਂ 52:10, ਉਹਨੂੰ ਆਪਾਂ ਛੱਤਰੀ ਲਾਉਣੀ ਆ, ਅਤੇ ਉਹਦਾ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਤਾਂ ਥੋੜ੍ਹਾ ਚੱਕਰ ਪੈ ਗਿਆ। ਮਤਲਬ ਆਪਣਾ ਰੈਡੀ ਆ, ਦੇਖੋ ਆਹ ਵੀ ਲੀਵਰ ਆਪਣਾ ਲੱਗਦਾ ਸਹੀ, ਇਹ ਵੀ 3 ਸਟੈਪਾਂ 'ਚ ਲੱਗ ਰਿਹਾ ਵਾ ਸਹੀ। ਓਕੇ ਏਅਰਪੋਰਟ ਪੂਰੀ, ਹੁਣ ਆਪਾਂ ਪੌੜੀ ਵਾਲੀ ਇੱਧਰ ਸਾਈਡ ਖੋਲ੍ਹ ਕੇ ਖੋਲ੍ਹਦੇ ਹਾਂ ਕੰਪਲੀਟ, ਫਿਰ ਦੂਸਰੀ ਸਾਈਡ ਨੂੰ ਲੱਗਦੇ ਹਾਂ, ਚਲੋ ਦਿਖਾਉਂਦੇ ਹਾਂ। ਹਾਂਜੀ ਵੀਰ ਜੀ, ਤਕਰੀਬਨ ਆਪਣਾ ਪੂਰਾ ਰੈਡੀ ਹੋ ਚੁੱਕਿਆ ਜੀ, ਕਲੱਚ ਵਾਲੀ ਸਾਈਡ, ਹੀਟ ਗਾਰਡ ਵੀ ਤਿਆਰ ਹੋ ਗਿਆ ਜੀ, ਅਤੇ ਆਪਣੀ ਬ੍ਰੇਕਾਂ ਵਾਲੀ ਸਾਈਡ ਅਤੇ ਪੌੜੀਆਂ। ਹੁਣ ਆਪਾਂ ਫਾਈਟਿੰਗ ਕਰਨੀ ਸ਼ੁਰੂ ਕਰਨ ਲੱਗੇ ਹਾਂ ਜੀ, ਫਾਈਟਿੰਗ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਜਿੱਥੇ ਆਪਣੀ ਟਰੈਕਟਰ 'ਤੇ ਆਪਣੀ ਨਾ ਟਚਿੰਗ ਲੱਗਣ ਵਾਲੀ ਸੀ, ਜਿਵੇਂ ਪੈਡਲਾਂ ਨੂੰ ਜੋੜ ਲਾਇਆ ਆਪਾਂ, ਅਤੇ ਉਹ ਵੀ ਆਪਾਂ ਲਾ ਤੀ ਜੀ ਸਾਰੇ, ਦੇਖੋ ਨਾਲ ਦੀ, ਅਤੇ ਉੱਧਰਲੀ ਸਾਈਡ ਵੀ, ਅਤੇ ਰੇਸ ਵੀ ਪੇਂਟ ਕਰਤੀ, ਅਤੇ ਹੁਣ ਆਪਾਂ ਫਾਈਟਿੰਗ ਕਰਨ ਲੱਗੇ ਹਾਂ ਜੀ। ਬਸ ਨਟ ਬੋਲਟ ਖੋਲ੍ਹ ਲਏ ਸਾਰੇ, ਚਲੋ ਮਿਲਦੇ ਹਾਂ ਜੀ, ਫਾਈਟਿੰਗ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਥੋੜ੍ਹਾ ਜਿਹਾ ਰੰਗ ਹਲੇ ਨਾ ਥੋੜ੍ਹਾ ਜਿਹਾ ਦਮ ਖਾਂਦਾ, ਜਾਣੀ ਕਿ ਬਸ ਹੁਣ ਆਪਣੀ ਸੈਟਿੰਗ ਆ, ਅਤੇ ਥੋੜ੍ਹਾ ਜਿਹਾ ਹੋਰ ਹਵਾ ਲੱਗ ਜੂਗੀ, ਅਤੇ ਪੱਖਾ ਚਲਾਇਆ ਹੋਇਆ ਵਾ, ਅਤੇ ਬਸ ਉਸ ਤੋਂ ਬਾਅਦ ਆਪਾਂ ਫਾਈਟਿੰਗ ਕਰਨ ਲੱਗਦਾ, ਜਾਂ ਰੋਟੀ ਖਾ ਕੇ ਆਉਂਦੇ ਹਾਂ ਜੀ, ਫਿਰ ਦਿਖਾਉਂਦੇ ਹਾਂ ਤੁਹਾਨੂੰ ਫਾਈਟ ਕਰ। ਹਾਂਜੀ ਲਓ ਵੀਰ ਜੀ, ਪਲੇਟਫਾਰਮ ਆਪਣਾ ਪੂਰਾ ਹੋ ਚੁੱਕਿਆ ਡਨ, ਦੇਖੋ ਜੀ, ਕਰੋ ਚੈੱਕ ਹੀਟ ਗਾਰਡ ਦੇ ਉੱਤੇ ਆਪਣਾ ਨੰਬਰ ਆ ਜੀ, ਲੋਗੋ ਪਿੰਡ ਜੋਧਾ। ਅਤੇ ਬਾਕੀ ਇੱਧਰਲੀ ਸਾਈਡ ਚੈੱਕ ਕਰੋ ਜੀ ਸਾਰੀ, ਲੀਵਰ ਵਗੈਰਾ ਜਾਣੀ ਸਾਰੇ ਓਕੇ ਦੀ ਰਿਪੋਰਟ ਆ, ਅਤੇ ਕਲੱਚ ਵੀ ਦੇਖੋ ਜਾਣੀ ਆ, ਰੇਸ ਲਾ ਤੀ ਆਪਾਂ ਦੂਜੀ ਉੱਪਰ ਵਾਲੀ, ਬਾਕੀ ਕਰੋ ਜੀ ਚੈੱਕ, ਦੱਸੋ ਕਿੱਦਾਂ ਲੱਗੀ ਲੁੱਕ। ਵੀ ਮੈਟ ਤੋਂ ਬਿਨਾਂ ਜੱਚਦਾ ਕਿ ਮੈਟ ਲੱਗੇ ਅਤੇ ਜੱਚਦਾ, ਇਹ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਵੀ, ਉਸ ਤਰੀਕੇ ਜੱਚਦਾ ਕਿ ਦੂਜੇ ਤਰੀਕੇ। ਬਾਕੀ ਇੱਧਰਲੀ ਸਾਈਡ ਵੀ ਕਰੋ ਜੀ ਚੈੱਕ, ਦੇਖੋ ਵਿਦਾਊਟ ਮੈਟ ਕਿ ਮੈਟ ਸਣੇ ਜੱਚਦਾ। ਬਾਕੀ ਪੌੜੀਆਂ 'ਤੇ ਲੋਗੋ ਲਾ ਤੇ 855 ਦੇ ਆਪਾਂ ਸਵਰਾਜ, ਅਤੇ ਪੈਰ ਵਾਲੀ ਰੇਸ ਵੀ ਉੱਤੇ ਰਿਪੋਰਟ ਆ ਸਾਰੀ, ਅਤੇ ਉੱਪਰ ਵਾਲੀ ਰੇਸ ਵੀ ਚਾਲੂ ਆ, ਯਾਨੀ ਸਾਰਾ ਕਹਿਣ ਦਾ ਮਤਲਬ ਸੈਂਟਰ ਦੀ ਪਲੇਟ ਲਾਈ। ਬਾਕੀ ਰੰਗ ਬਾਰੇ ਦੱਸੋ ਕਿੱਦਾਂ ਲੱਗਿਆ ਤੁਹਾਨੂੰ, ਰੰਗ ਦੀ ਕੁਆਲਿਟੀ ਚੈੱਕ ਕਰੋ। ਬਾਕੀ ਹੀਟ ਗਾਰਡ ਨੂੰ ਹੈਂਡਲ ਫੜਨ ਨੂੰ, ਯਾਨੀ ਕਿ ਪੂਰਾ ਸਾਰਾ ਕੰਮ ਡਨ ਵਾ। ਬੈਟਰੀ ਦੀ ਵੀ ਸੈਟਿੰਗ ਦੇਖੋ, ਬੈਟਰੀ ਵੀ ਥੱਲੇ ਕਰਤੀ ਆਪਾਂ, ਪਲੇਟਫਾਰਮ ਦੇ ਅੱਧੀ ਬੈਟਰੀ ਥੱਲੇ ਚਲੀ ਗਈ, ਅਤੇ ਬਾਕੀ ਤੁਸੀਂ ਦੇਖੋ ਦੱਸਣਾ ਕਮੈਂਟਾਂ ਦੇ ਵਿੱਚ ਕਿੱਦਾਂ ਲੱਗਿਆ। BMW ਟਰੈਕਟਰ ਹੱਬ ਲੁਧਿਆਣਾ ਪਿੰਡ ਜੋਧਾ ਵਾ, 98142-6963 ਆਪਣਾ ਨੰਬਰ ਆ ਜੀ, 855 ਨਿਊ ਮਾਡਲ 'ਚ ਆ ਜੀ ਇਹ, ਨਵੇਂ ਚੁੱਲ੍ਹੇ 'ਚ। ਇਹਦੇ ਨਾ ਮਗਰਾੜਾਂ ਦੀ ਪਲੇਟ, ਮਗਰਾੜਾਂ ਨਾਲ ਨਾ ਪਲੇਟਫਾਰਮ ਕਰੈਕ ਹੋ ਗਏ ਸੀਗੇ ਸਾਰੇ, ਉਹਦੇ ਕਰਕੇ ਆਪਾਂ ਨਵੇਂ ਲਾਉਣੇ ਪਏ, ਜਿਵੇਂ ਜਮ੍ਹਾਂ ਹੀ ਜਾਣੀ ਕਿ ਟੁੱਟ ਹੀ ਗਏ ਸੀਗੇ ਜੀ। ਅਤੇ ਬਾਕੀ ਥੱਲੇ ਵਾਲੀ ਸਾਈਡ ਚੈੱਕ ਕਰੋ, ਯਾਨੀ ਕੋਈ ਐਂ ਖਿਲਾਰਾ ਨਹੀਂ ਗਾ ਜੀ ਬਾਹਲਾ, ਵੀ ਖਿਲਾਰਾ ਪਾਇਆ ਵੱਧ, ਬਈ ਐਂ ਥੋਂ ਥੋਂ ਬੈਲਡਿੰਗ ਦੀ ਤਾਂ ਕਿਤੇ ਨਹੀਂ, ਬੈਲਡਿੰਗ ਦੀ ਮਾੜੀ ਜੀ ਵੀ ਚਾਹੀਦੀ ਜੀ। ਬਾਕੀ ਰੇਸ ਵਗੈਰਾ ਸਾਰਾ ਕੁਛ ਜਾਣੀ ਕਿ ਓਕੇ ਰਿਪੋਰਟ ਆ ਸਾਰੀ। ਇੱਧਰਲੀ ਸਾਈਡ ਵੀ ਚੈੱਕ ਕਰ ਲਓ, ਵਿਚਾਲੇ ਪਲੇਟ ਲਾ ਕੇ ਉਹ ਨਟਾਂ ਨਾਲ ਐਡ ਕਰਤੀ, ਯਾਨੀ ਜਦੋਂ ਮਾਰਦੀ ਖੋਲ੍ਹ, ਸਾਰਾ 10 ਮਿੰਟਾਂ 'ਚ ਖੁੱਲ੍ਹ ਜਾਂਦਾ ਜੇ ਖੋਲ੍ਹਣਾ ਵਾ ਆਪਾਂ ਪਲੇਟਫਾਰਮ। ਹਾਂਜੀ ਜੀ, ਆਪਾਂ ਪਲੇਟਫਾਰਮ ਖੋਲ੍ਹਣਾ ਨਾ ਜੀ, ਸਾਰਾ 5-7-10 ਮਿੰਟਾਂ 'ਚ ਸਾਰਾ ਖੁੱਲ੍ਹ ਜਾਂਦਾ, ਕੋਈ ਐਂ ਨਹੀਂ ਗਾ 5-6 ਨਟ ਇੱਧਰ 5-6 ਉੱਧਰਾ। ਪੌੜੀ ਨੂੰ ਆਪਾਂ ਸਪੋਰਟ ਪਾ ਦੇ ਦੀ ਆ, ਕਈ ਵਾਰੀ ਨਾ ਭਾਰਾ ਬੰਦਾ ਚੜ੍ਹਦਾ ਝੋਲ ਝਾਲ ਬੱਦੀ 'ਤੇ, ਊਂ ਹੈਲਦੀ ਉਵੇਂ ਬਣੇ ਕਿ ਯਾਨੀ ਕਿ ਆਪਾਂ ਸਪੋਰਟ ਪਾ ਦੇ, ਐਕਸਟਰਾ ਸਪੋਰਟ ਪਾ ਦੇ, ਉਹਦੇ ਨਾਲ ਵਧੀਆ ਲੱਗਦੀ ਹੈ। ਅਤੇ ਚਲੋ ਬਾਕੀ ਠੀਕ ਹੈ ਜੀ, ਦੱਸਿਓ
ਅਸੀਂ ਦਿਖਾਉਂਦੇ ਹਾਂ ਤੁਹਾਨੂੰ, ਬਾਹਰ ਕੱਢਦੇ ਹਾਂ ਜੀ ਆਪਾਂ ਮੈਟ ਲਾ ਕੇ, ਹੁਣ ਮੈਟ ਆਪਣਾ ਤਿਆਰ ਆ, ਦੇਖੋ ਜੀ ਮੈਟ ਦੀ ਲੁੱਕ ਦੱਸੋ ਕਿੱਦਾਂ। ਹੁਣ ਮੈਟ ਫਿੱਟ ਕਰਨ ਲੱਗੇ ਆਪਾਂ ਪੌੜੀਆਂ ਦੇ, ਆਪਣੇ ਨਾ ਉੱਪਰ ਵਾਲੇ ਮੈਟ ਕਟਿੰਗ ਹੋ ਚੁੱਕੇ ਆ, ਦੇਖੋ ਪੌੜੀਆਂ ਵਾਲੇ ਕਟਿੰਗ ਹੋ ਗਏ, ਇਹ ਆਪਾਂ ਪੌੜੀਆਂ 'ਤੇ ਲਾਵਾਂਗੇ ਉੱਪਰ, ਅਤੇ ਬਾਕੀ ਮੈਟ ਰੱਖਣ ਲੱਗਿਆਂ ਦੱਸੋ ਐਂ ਲੁੱਕ ਵਧੀਆ ਕਿ ਮੈਟ। ਚਲੋ ਮਿਲਦੇ ਹਾਂ ਜੀ, ਦਿਖਾਉਂਦੇ ਹਾਂ ਤੁਹਾਨੂੰ ਨਾਲ। ਹਾਂਜੀ ਲਓ ਜੀ ਮੈਟ ਦੀ ਕਟਿੰਗ ਹੋ ਗਈ ਦੇਖੋ, ਅਤੇ ਹੁਣ ਆਪਾਂ ਉਹਦੇ 'ਤੇ ਮੈਟ ਲੈ ਕੇ ਜਾਣਾ ਫਿੱਟ ਕਰਨ ਲੱਗਦੇ ਹਾਂ, ਅਤੇ ਫਿੱਟ ਕਰਕੇ ਮੈਟ ਨੂੰ ਟੱਕ ਆਪਾਂ ਗੇਰਾ ਲੀਵਰਾਂ ਵਾਲਾ ਦੇ ਲਿਆ, ਅਤੇ ਪਿਛਲਾ ਟੱਕ ਆਪਣਾ ਜਿਹੜਾ ਹਾਂਡੀ ਵਾਲਾ ਉਹ ਆਪਾਂ ਹੁਣ ਉੱਥੇ ਲਾ ਕੇ ਨਾ ਪੈਡਲਾਂ ਵਾਲਾ ਕੱਟ ਉੱਥੇ ਦੇਵਾਂਗੇ। ਦੇਖੋ ਅਸੀਂ ਮੈਟ ਦੀ ਲੁੱਕ ਦੇਖੋ ਜੀ ਤੁਸੀਂ ਕਿੱਦਾਂ ਦੇ, ਐਨ ਸੇਮ ਡਿੱਟੋ ਨਾਲ ਦਾ ਕਲਰ ਆ, ਅਤੇ ਹੁਣ ਆਪਾਂ ਧਾਰਨ ਲੱਗਦੇ ਹਾਂ ਮੈਟ ਤੁਹਾਨੂੰ ਦਿਖਾਉਂਦੇ ਹਾਂ। ਚੱਲ ਵੀ ਝੱਕ। ਹਾਂਜੀ ਲਓ ਜੀ ਪੂਰਾ ਆਪਣਾ 855 ਪੂਰਾ ਕੰਪਲੀਟ ਹੋ ਚੁੱਕਿਆ ਵਾ, ਦੇਖੋ ਜੀ। ਬਾਕੀ ਇੱਕ ਆਪਾਂ ਹਾਰਨ ਲਾਇਆ ਜੀ, ਆਹ ਟ੍ਰੇਨ ਹਾਰਨ ਇੱਥੇ ਲਾ ਤਾ, ਇਹਦੇ ਮੋਟਰ ਕੱਸ ਕੇ ਨਾਲ ਹੀ ਪੈ ਪਾਟ ਕੇ ਉੱਥੇ ਪੂਰੇ ਕਰਕੇ ਉੱਥੇ ਇੱਥੇ ਹਾਰਨ ਲਾ ਤਾ ਜੀ, ਅਤੇ ਬਾਕੀ ਪਲੇਅਰ ਇੱਧਰ ਫਿੱਟ ਕਰਤਾ ਇੱਧਰਲੀ ਸਾਈਡ, ਸਭ ਥੋੜ੍ਹੇ ਜਿਹਾ ਤਾਂ ਚੱਕ ਕੇ ਥੱਲੇ ਉਹ ਜਿੰਨਾ ਗੈਪ ਸੀਗਾ ਆਪਾਂ 2.5-3 ਇੰਚ ਉੱਚਾ ਕਰਤਾ ਉਹ, ਅਤੇ ਬਾਕੀ ਇੱਕ ਨਾ ਆਪਣੀਆਂ ਸਪੋਰਟਾਂ ਮਗਰਾਲਾਂ ਨੂੰ ਪਾਈਆਂ ਨੇ ਆਪਾਂ, ਆਹ ਜੂਹ ਨੂੰ ਥੱਲੇ ਵਾਲੇ ਪਾਸੇ ਆਹ ਦੇਖੋ, ਇਹਨਾਂ ਛੱਤਰੀ ਨੇ ਮਗਰਾੜ ਜਾਣੀ ਹਲਾਤੇ ਸੀ, ਜੰਪਿੰਗ ਕਰਦੀ ਅੱਗੇ ਪਿੱਛੇ, ਉਹਦੇ ਕਰਕੇ ਹੁਣ ਸਪੋਰਟ ਪੈ ਗਈ, ਹੁਣ ਜਾਣੀ ਬਿਲਕੁਲ ਨਹੀਂ ਹਿੱਲੂਗਾ। ਬਾਕੀ ਪਲੇਟਫਾਰਮ ਦੀ ਪੱਤੀ ਪਿੱਛੇ ਤੱਕ ਆ ਗਈ ਚੌੜੀ, ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੁੰਦਾ ਵੀ ਕਿੰਨਾ ਹੁੰਦਾ ਹਲਕਾ ਭਾਰਾ, ਅਤੇ ਬਾਕੀ ਇੱਧਰਲੀ ਸਾਈਡ ਵੀ ਸਾਰਾ ਕੰਪਲੀਟ ਆ, ਅਤੇ ਬਸ ਹੁਣ ਆਪਾਂ ਟਰੈਕਟਰ ਬਾਹਰ ਕੱਢਣ ਲੱਗੇ ਹਾਂ ਜੀ। ਬਾਈ ਹੁਣੇ ਆ ਗਏ ਸੀ ਲੈਣ, ਵੀਰੇ ਹੁਣੇ ਬੈਠੇ ਸੀ, ਅਤੇ ਬਸ ਹੁਣ ਸਾਰਾ ਓਕੇ ਆ, ਰਿਪੋਰਟ ਆ।